ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਪਿਆਰੀ ਸਾਧ ਸੰਗਤ ਜੀਓ, ਤੁਸੀਂ ਇੱਕ ਅਹਿਸਾਸ ਤਾਂ ਮੈਨੂੰ ਬਿਲਕੁਲ ਕਰਾ ਦਿੱਤਾ ਹੈ, ਕਮਾਲ ਤੁਸੀਂ। ਮੈਂ ਕਹਿੰਦਾ, ਮੈਂ ਆਪਣੀ ਲਾਈਫ 'ਚ ਲੱਗਦਾ ਕਿ ਸ਼ਾਇਦ ਕਿਸੇ ਦੇ ਖਿਲਾਫ਼ ਬੋਲਿਆ ਅਤੇ ਇੱਕ ਵੀਡੀਓ ਬਣਾਈ, ਇੱਕ ਕਿਸਮ ਦਾ ਸਮਝ ਲਓ ਕਿ ਉਹ ਵਿਵਾਦਿਤ ਮੁੱਦਾ ਸੀ। ਚਲੋ ਠੀਕ ਹੈ, ਮੈਂ ਆਪਣਾ ਫਰਜ਼ ਨਿਭਾਇਆ, ਬਹੁਤ ਚੰਗੀ ਗੱਲ ਆ, ਗੁਰੂ ਸਾਹਿਬ ਨੇ ਸੇਵਾ ਲਿੱਤੀ, ਉਹਨਾਂ ਦਾ ਸ਼ੁਕਰਾਨਾ। ਅਤੇ ਸਮਝ ਲਓ ਕਿ ਕਿਸਮ ਦਾ ਮੈਂ ਉਹਨੂੰ ਇੱਦਾਂ ਲੈ ਰਿਹਾ ਕਿ ਐਜ਼ ਆ ਇੱਕ ਨੈਗੇਟਿਵ ਵੀਡੀਓ ਬਣਾਈ, ਜਿਹਦੇ 'ਚ ਸਿਰਫ ਚਲੋ ਠੀਕ ਹੈ ਇੱਕ ਮੁੱਦਾ ਸੀ ਅਤੇ ਉਸ ਬਾਰੇ ਗੱਲਾਂ ਹੋਈਆਂ, ਅਤੇ ਉਸਨੂੰ ਤੁਸੀਂ ਇੰਨੇ ਲਾਈਕ, ਇੰਨੇ ਕਮੈਂਟ, ਸਭ ਕੁਛ ਦਿੱਤਾ, ਅਤੇ ਇੰਨੀਆਂ ਜਿਹੜੀਆਂ ਇੰਨੇ ਵਾਰ ਸ਼ਬਦ ਸਿਖਾ ਕੇ ਵੀਡੀਓਜ਼ ਪਾਈ, ਜਪਜੀ ਸਾਹਿਬ ਦੇ ਅਰਥ ਪਾਏ ਅਤੇ ਗੁਰਬਾਣੀ ਸਰਚਰ ਕੀ ਮੈਂ ਯੂਜ਼ ਕਰੀ ਤਾ, ਪੰਜਾਬੀ ਕੀਬੋਰਡ, ਇਹ ਸਾਰੀਆਂ ਵੀਡੀਓ ਬਣਾਈਆਂ। ਹੁਣ ਤੁਸੀਂ ਉਹਦੇ ਵਿਊਜ਼ ਵੀ ਦੇਖ ਲੈਣਾ ਇੱਕ ਵਾਰੀ, ਅਤੇ ਫਿਰ ਤੁਸੀਂ ਆਪ ਹੁਣ ਫੈਸਲਾ ਕਰਨਾ ਹੈ ਕਿ ਕੀ ਸਿਰਫ ਅਤੇ ਸਿਰਫ ਅਸੀਂ ਨੈਗੇਟਿਵ ਵੀਡੀਓ 'ਤੇ ਹੀ ਕਮੈਂਟ ਕਰਿਆ ਕਰਾਂਗੇ, ਕਿ ਨੈਗੇਟਿਵ ਵੀਡੀਓ ਨੂੰ ਇੰਨਾ ਹੱਲਾਸ਼ੇਰੀ ਦਿਓ ਕਿ ਅਗਲੇ ਵਾਰ ਵੀ ਬੰਦਾ ਨਾ ਸੋਚੇ ਵੀ ਨੈਗੇਟਿਵ ਵੀਡੀਓ ਹੀ ਬਣਾਉਂਦੇ ਹਾਂ ਯਾਰ, ਗੱਲ ਤਾਂ ਉੱਥੇ ਬਣਦੀ ਆ। ਉਹ ਮਾਫ਼ੀ ਚਾਹੁੰਦਾ, ਮੇਰਾ ਇਹ ਮਕਸਦ ਨਹੀਂ ਬਈ ਮੈਂ ਤੁਹਾਡੇ ਕੋਲ ਲਾਈਕ ਔਰ ਕਮੈਂਟ ਲੈਣੇ ਆ। ਹੱਥ ਜੋੜ ਬੇਨਤੀ, ਜਿਹੜੀ ਪੋਜ਼ਿਟਿਵ ਵੀਡੀਓਜ਼ ਨੂੰ ਵੀ ਤੁਸੀਂ ਸ਼ੇਅਰ ਕਰੋ ਵੱਧ ਤੋਂ ਵੱਧ, ਤਾਂ ਕਿ ਅਸੀਂ ਪੋਜ਼ਿਟਿਵਿਟੀ ਫੈਲਾ ਸਕੀਏ। ਔਰ ਸਾਨੂੰ ਕੀ ਲੈਣਾ ਨੈਗੇਟਿਵਿਟੀ ਤੋਂ? ਇਹ ਸੋਸ਼ਲ ਮੀਡੀਆ ਦਾ ਜਿਹੜਾ ਪਲੇਟਫਾਰਮ ਹੈ ਨਾ, ਇਹਦਾ ਹੁਣ ਮਿਸਯੂਜ਼ ਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਅਸੀਂ ਜਿਹੜੀ ਸਾਡੀ ਹੱਲਾਸ਼ੇਰੀ ਹੈ ਅਤੇ ਸਾਡਾ ਵਧਾਵਾ ਹੈ ਨਾ, ਉਹ ਬਸ ਵੱਧ ਤੋਂ ਵੱਧ ਨੈਗੇਟਿਵ ਵੀਡੀਓਜ਼ ਨੂੰ ਹੋ ਗਿਆ। ਅਸੀਂ ਕੀ ਕਰਦੇ ਪਏ ਹਾਂ ਜੀ, ਖੋਲਦੇ ਹਾਂ ਯੂਟਿਊਬ, ਦੇਖਦੇ ਹਾਂ ਜੀ, ਹਾਂਜੀ 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 ਹਾਂਜੀ, ਜਿੱਥੇ ਕੋਈ ਇੱਦਾਂ ਦਾ ਟੋਪਿਕ ਲਿਖਿਆ ਹੋਏ, ਵਿਵਾਦਿਤ ਟੋਪਿਕ ਜਿਹਾ ਲਿਖਿਆ ਹੋਏ, ਬਈ ਕੋਂਟਰੋਵਰਸ਼ਲ ਹੈ ਜੀ ਹੈ, ਅਤੇ ਉਸ ਨੂੰ ਖੋਲ੍ਹ ਕੇ ਦੇਖਦੇ ਹਾਂ, ਕੋਈ ਚੰਗੀ ਗੱਲ ਹੋਏ ਉਹ ਇਗਨੋਰ ਹੋ ਰਹੀ ਹੈ। ਹੁਣ ਵਾਧਾ ਕਿੱਦਾਂ ਹੋ ਰਿਹਾ ਜੀ, ਫਿਰ ਉਸ ਨੂੰ ਅਸੀਂ ਅੱਗੇ ਆਪਣੇ ਆਪ ਵਿਚਾਰ ਕਰਦੇ ਹਾਂ, ਦੋਸਤਾਂ ਨਾਲ ਸ਼ੇਅਰ ਕਰਦੇ ਹਾਂ, ਤੂੰ ਸੁਣਿਆ ਉਹਨੂੰ, ਉਹਨੇ ਕੀ ਬੋਲਿਆ ਸੀ, ਉਹ ਫਲਾਣੇ ਨੇ ਕੀ ਬੋਲਿਆ ਸੀ, ਢਿਮਕਾਣੇ ਨੇ ਕੀ ਬੋਲਿਆ ਸੀ, ਉਹ ਵਾਇਰਲ ਕਰਾਈ ਜਾ ਰਹੇ ਹਾਂ ਅਸੀਂ, ਉਹਨੂੰ ਫਿਰ ਸੁਣਾਉਂਦੇ ਹਾਂ ਆਪਣੇ ਫੋਨ 'ਤੇ, ਸੁਣਾਉਂਦੇ ਹਾਂ, ਫਿਰ ਸ਼ੇਅਰ ਕਰਦੇ ਹਾਂ, ਲਿੰਕ ਦੱਸੋ, ਉਹ ਇਹੀ ਤਾਂ ਚਾਹੁੰਦੇ ਆ। ਅਤੇ ਸਾਡੇ 'ਤੇ ਨੈਗੇਟਿਵਿਟੀ ਹਾਵੀ ਹੋਣੀ ਹੈ, ਫਿਰ ਉਹੀ ਕਹਿੰਦੇ ਨਾ, ਜਿਹਦੀ ਫਿਰ ਮਾਤਰਾ ਵੱਧ ਜਾਏ ਅਤੇ ਫਿਰ ਗੱਲ 'ਤੇ ਫੈਲਦੀ, ਤਾਂ ਫਿਰ ਉਹੀ ਚੀਜ਼ ਹੈ ਨਾ, ਅਤੇ ਅਸੀਂ ਹੁਣ ਕਰੀ ਇਹੀ ਜਾ ਰਹੇ ਹਾਂ, ਇੱਕ ਸਾਡਾ ਸੁਭਾਵ ਜਿਹਾ ਬਣ ਗਿਆ ਹੈ। ਹੱਥ ਜੋੜ ਬੇਨਤੀ ਕਿ ਜਿੰਨਾ ਵੀ ਤੁਹਾਡਾ ਪੋਜ਼ਿਟਿਵ ਕੰਟੈਂਟ ਆ ਰਿਹਾ, ਚਾਹੇ ਤੁਸੀਂ ਫੇਸਬੁੱਕ ਅਗਰ ਤੁਸੀਂ ਵਰਤਦੇ ਹੋ, ਚਾਹੇ ਤੁਸੀਂ ਵਟਸਐਪ ਵਰਤਦੇ ਹੋ, ਚਾਹੇ ਤੁਸੀਂ ਯੂਟਿਊਬ ਵਰਤਦੇ ਹੋ, ਪਰ ਕੋਸ਼ਿਸ਼ ਕਰੋ ਕਿ ਜਿੰਨਾ ਹੋ ਸਕੇ ਅਸੀਂ ਚੰਗਾ ਤੋਂ ਚੰਗਾ ਅੱਗੇ ਅਸੀਂ ਉਸ ਨੂੰ ਵਧਾਵਾ ਦੇਈਏ। ਐ ਨਾ ਹੋਏ ਕਿ ਸਿਰਫ ਨੈਗੇਟਿਵਿਟੀ ਨੈਗੇਟਿਵਿਟੀ ਨੈਗੇਟਿਵਿਟੀ, ਅਤੇ ਕੱਲ੍ਹ ਨੂੰ ਫਿਰ ਮਾਇੰਡ ਵਿੱਚ ਕੀ ਭਰੇਗਾ, ਸਿਰਫ ਨੈਗੇਟਿਵਿਟੀ ਤਾਂ ਭਰੀ ਹੀ ਨਾ। ਅਤੇ ਹੁਣ ਤੁਸੀਂ ਨੈਗੇਟਿਵਿਟੀ ਫੈਲਾਉਣੀ ਹੈ, ਉਹਦੇ 'ਚ ਆਪਣਾ ਸਹਿਯੋਗ ਦੇਣਾ, ਇਹ ਤੁਸੀਂ ਦੇਖਣਾ, ਜੇ ਪੋਜ਼ਿਟਿਵਿਟੀ ਫੈਲਾਉਣੀ ਉਹ ਵੀ ਤੁਹਾਡੇ ਹੱਥ 'ਚ, ਇਟ ਡਿਪੈਂਡਸ ਔਨ ਯੂ। ਉਮੀਦ ਹੈ ਬੇਨਤੀ ਪ੍ਰਵਾਨ ਕਰੋਗੇ, ਅਤੇ ਅੱਗੋਂ ਦੀ ਜੋ ਵੀ ਤੁਹਾਡਾ ਜਿਹੜਾ ਤੁਹਾਡੀ ਸੋਚ ਹੈ, ਸੋਸ਼ਲ ਮੀਡੀਆ ਯੂਜ਼ ਜਿਹੜੀ ਵਰਤੋਂ ਹੈ ਨਾ, ਉਹਦੀ ਦੁਰਵਰਤੋਂ ਵੀ ਹੋ ਸਕਦੀ ਹੈ। ਜੇ ਤੁਸੀਂ ਚੰਗਾ ਚਾਹੁੰਦੇ ਹੋ ਅਤੇ ਤੁਸੀਂ ਪੋਜ਼ਿਟਿਵ ਚੀਜ਼ਾਂ ਨੂੰ ਸ਼ੇਅਰ ਕਰਕੇ ਆਪਣਾ ਚੰਗਾ ਹਿੱਸਾ ਵੀ ਪਾ ਸਕਦੇ ਹੋ। ਜੇ ਤੁਸੀਂ ਨੈਗੇਟਿਵਿਟੀ ਹੀ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਵੀ ਬਾਕੀ ਲੋਕ ਵੀ ਨੈਗੇਟਿਵਿਟੀ ਦੀ ਗੱਲਾਂ ਕਰਦੇ ਰਹਿਣ, ਅਤੇ ਇਸੀ ਕਾਰਨ ਸਾਡਾ ਜਿਹੜਾ ਵੱਧ ਤੋਂ ਵੱਧ ਜਿਹੜਾ ਟਾਈਮ ਹੈ ਉਹ ਬਰਬਾਦ ਹੁੰਦਾ ਰਹੇ, ਅਤੇ ਫਿਰ ਉਹ ਤੁਹਾਡੀ ਚੋਇਸ। ਮੈਂ ਸਿਰਫ ਇੱਕ ਬੇਨਤੀ ਕਰ ਸਕਦਾ ਸੀ ਜੋ ਮੈਂ ਕੀਤੀ, ਬਾਕੀ ਜੋ ਵੀ ਤੁਸੀਂ ਆਪਣਾ ਫਰਜ਼ ਸਮਝੋ ਉਹਨੂੰ ਤੁਸੀਂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।